ਮੇਰੀ ਕੋਈ ਸੈਲਫ ਰਿਸਪੈਕਟ ਨਹੀਂ, ਤੁਸੀਂ ਪੇਮੈਂਟ ਦਿੱਤੀ ਕਿ ਮੈਂ ਕੱਠਪੁਤਲੀ ਹਾਂ, ਹੁਣ ਜਿਵੇਂ ਤੁਸੀਂ ਕਰੋਗੇ ਇੱਦਾਂ ਕਰੂੰਗੀ। ਜੇ ਮੈਂ ਗਾਲਾਂ ਕੱਢੀਆਂ, ਮੈਂ ਆਪਦੀ ਸੈਲਫ ਰਿਸਪੈਕਟ ਲਈ ਉਹਨਾਂ ਨੂੰ ਗਾਲਾਂ ਕੱਢੀਆਂ। ਮੈਂ ਹੈਗੀ ਅੰਮ੍ਰਿਤਸਰ ਤੋਂ, ਹੈ ਨਾ, ਮੈਂ ਮਾਝੇ ਵਾਲ ਤੋਂ। ਪਰ ਜਿਹੜੀ ਮੂੰਹ 'ਚ ਗਾਲ ਆਉਂਦੀ ਗੁੱਸੇ ਦੇ ਵਿੱਚ, ਕਿਹੜਾ ਤੁਹਾਨੂੰ ਪਤਾ ਲੱਗਦਾ? ਜੇ ਉਹਨੂੰ ਗੁੱਸੇ 'ਚ ਨਹੀਂ ਪਤਾ ਲੱਗਾ ਗਲਾਸ ਮਾਰਨਾ ਆ, ਤੇ ਮੈਂ ਕਿਹੜੀ ਗਾਲ ਕੱਢਣੀ ਆ? ਮੈਂ ਸੋਚ ਕੇ ਕੱਢਾਂਗੀ। ਇੱਜ਼ਤ ਕਰੂੰਗੇ ਤਾਂ ਕਰਾਉਂਗੇ, ਨਹੀਂ ਤਾਂ ਫਿਰ ਗਾਲਾਂ ਹੀ ਖਾਊਂਗੇ। ਇੱਡੀ ਵੀ ਕੀ ਚੀਜ਼ ਹੋ ਗਈ ਸੀ, ਕੀ ਗੱਲ ਹੋ ਗਈ ਸੀਗੀ ਕਿ ਉਹਨੇ ਇੱਕਦਮ ਕੱਚ ਦਾ ਗਲਾਸ ਆ ਜਿਹੜਾ ਕਿ ਸਿੱਟ ਕੇ ਤੁਹਾਡੇ ਤੇ ਮਾਰਿਆ, ਤੁਹਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼? ਉਹ ਐਕਚੁਅਲੀ ਮੈਂ ਫੀਮੇਲ ਆ ਨਾ, ਤੇ ਉਹ ਮਰਦ ਆ, ਉਹਨੂੰ ਇਹ ਗੱਲ ਪਿੰਚ ਕਰ ਗਈ। ਹਰਟ ਹੋ ਗਈ ਕਿ ਕੁੜੀ ਨੇ ਇਹ ਹੁੰਦੀ ਕੌਣ, ਅਸੀਂ ਮੁੰਡੇ ਹੋ ਗਏ ਆ, ਹੈ ਨਾ, ਇਹ ਗੱਲ ਕਿਤੇ ਨਾ ਕਿਤੇ ਮੁੰਡਿਆਂ 'ਚ ਹੈਗੀ ਆ। ਉਹ ਤਾਂ ਈਗੋ ਹੋਈ ਹੈ ਨਾ ਹਰਟ ਮੁੰਡਿਆਂ ਦੀ, ਇਹ ਕਿੱਦਾਂ ਕੱਢ ਸਕਦੀ ਆ, ਇਹ ਮੁੰਡਿਆਂ ਵਾਲੀਆਂ ਗਾਲਾਂ ਕਿੱਦਾਂ ਕੱਢ ਸਕਦੀ ਆ, ਹੈ ਨਾ, ਉਹਨਾਂ ਨੂੰ ਇਹੀ ਚੀਜ਼ ਦੀਆਂ ਮਿਰਚਾਂ ਲੱਗੀਆਂ। ਇਹ ਮੁੰਡਿਆਂ ਵਾਲੀਆਂ ਗਾਲਾਂ ਕਿੱਦਾਂ ਕੱਢ ਸਕਦੀ ਹੈ ਕੁੜੀ ਹੋ ਕੇ? ਫਿਰ ਕੁੜੀਆਂ ਲਈ ਕੋਈ ਵਰਡ ਬਣਾ ਦਿਓ, ਹੈ ਨਾ, ਕੁੜੀ ਆ ਸਾਹਮਣੇ ਜਾਂ DSP ਦਾ ਕੁਛ ਲੱਗਦਾ ਵਾ, ਮੈਨੂੰ ਮਤਲਬ ਨਹੀਂ ਆ, ਉਹ ਮੇਰੇ ਵਾਸਤੇ ਇਨਸਾਨ ਆ ਤੇ ਮੈਂ ਉਹਦੇ ਵਾਸਤੇ ਇਨਸਾਨ ਆ, ਉਹਨੇ ਦੂਸਰੇ ਇਨਸਾਨ ਦੀ ਡਿਸਰਿਸਪੈਕਟ ਕੀਤੀ ਹੈ। ਮੈਂ ਖੁਦ ਕਿਹਾ, ਮੈਂ ਕਿਹਾ ਕਿ ਤੁਸੀਂ ਪੇਮੈਂਟ ਦੀ ਟੈਨਸ਼ਨ ਨਾ ਲਓ, ਮੈਂ ਤੁਹਾਡਾ ਪੂਰਾ ਸੀਜ਼ਨ ਫ੍ਰੀ ਚਲਾ ਦਾਂਗੀ, ਠੀਕ ਹੈ, ਤੁਸੀਂ ਇੱਕ ਵਾਰੀ ਮੇਰੇ ਨਾਲ ਖੜ ਜਾਓ। ਬਹੁਤ ਸਟਰੋਂਗ ਸੀਗੀ ਉੱਥੋਂ ਤੱਕ ਕਿ ਕੋਈ ਨਹੀਂ, ਵੱਧ ਤੋਂ ਵੱਧ ਮੇਰਾ ਸਿਰ ਪਾੜ ਦਿੰਦੇ, ਮੈਨੂੰ ਮਾਰ ਦਿੰਦੇ, ਕੋਈ ਗੱਲ ਨਹੀਂ। ਪਰ ਜਦੋਂ ਇਹਨਾਂ ਦਾ ਮੈਂ ਹਾਲ ਦੇਖਿਆ ਨਾ ਕਿ ਇਹਨਾਂ ਨੂੰ ਆਪਦੀ ਪੇਮੈਂਟ ਨਹੀਂ ਪਈ, ਉਦੋਂ ਮੇਰੇ ਥਰੂ ਗਏ ਸੀ, ਬਸ ਚੁੱਪ ਕਰ ਜਾ, ਹਲੇ ਉਹਨਾਂ ਤੋਂ ਪੇਮੈਂਟ ਲੈਣੀ ਆ। ਓਕੇ, ਸਾਹਮਣੇ ਵਾਲੀ ਪਾਰਟੀ ਤੋਂ ਹਲੇ ਅਸੀਂ ਪੇਮੈਂਟ ਨਹੀਂ ਲਿੱਤੀ, ਆਹ ਗੱਲ ਹੋਈ ਸੀ। ਹਾਂਜੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਪੇਮੈਂਟ ਨੂੰ ਗੋਲੀ ਮਾਰੋ, ਤੁਸੀਂ ਮੇਰੇ ਨਾਲ ਖੜੋ ਤਾਂ ਸਹੀ ਇੱਕ ਵਾਰੀ। ਤੇ ਖੜਿਆ ਕੋਈ ਨਹੀਂ, ਉਹ ਮੈਨੂੰ ਕਹਿੰਦੇ ਚੁੱਪ ਕਰ ਜਾ ਤੂੰ। ਪ੍ਰੋ ਪੰਜਾਬ ਦੀ ਵੀ ਦੇਖ ਰਹੇ ਹੋ ਤੁਸੀਂ, ਮੈਂ ਈਸ਼ਾ। ਸਵੇਰ ਦੀ ਇੱਕ ਵੀਡੀਓ ਆ ਜਿਹੜੀ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਜਿੱਥੇ ਕਿ ਇੱਕ ਵਿਆਹ ਸਮਾਗਮ ਦੇ ਵਿੱਚ ਕੁਝ ਲੜਕਿਆਂ ਦੇ ਵੱਲੋਂ ਸਟੇਜ ਤੇ ਡਾਂਸ ਕਰ ਰਹੀ ਲੜਕੀ ਤੇ ਕੱਚ ਦਾ ਗਲਾਸ ਆ ਜਿਹੜਾ ਕਿ ਉਹ ਸੁੱਟਿਆ ਜਾਂਦਾ ਹੈ, ਅੱਗੇ ਲੜਕੀ ਵੱਲੋਂ ਵੀ ਗਾਲੀ ਗਲੋਚ ਆ ਜਿਹੜੀ ਕਿ ਕੀਤੀ ਜਾਂਦੀ ਹੈ, ਤੇ ਉਹਦਾ ਪੂਰਾ ਮਾਮਲਾ ਕੀ ਹੈ, ਕਿਸ ਤਰੀਕੇ ਦੇ ਨਾਲ ਇਹ ਚੀਜ਼ ਆ ਜਿਹੜੀ ਕਿ ਸ਼ੁਰੂ ਹੁੰਦੀ ਹੈ? ਸਾਡੇ ਨਾਲ ਉਹ ਲੜਕੀ ਆ ਜਿਹੜੀ ਕਿ ਇਸ ਵਕਤ ਮੌਜੂਦ ਹੈ, ਸਿਮਰ ਸੰਧੂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਕੀ ਮਾਮਲਾ ਕੀ ਸੀਗਾ, ਕੀ ਹੋਇਆ ਸੀ? ਮਾਮਲਾ ਕੁਛ ਨਹੀਂ ਜੀ, ਵਿਆਹ ਸ਼ਾਦੀਆਂ ਤੇ ਤੁਹਾਨੂੰ ਪਤਾ ਲੜਾਈਆਂ ਵਗੈਰਾ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ, ਹੈ ਨਾ ਜੀ, ਤੇ ਉਹ ਅਕਸਰ ਹੀ ਕੁੜੀਆਂ ਨੂੰ ਕਹਿੰਦੇ ਹੁੰਦੇ ਆ ਕਿ ਸਟੇਜ ਤੋਂ ਨੀਚੇ ਆ ਕੇ ਪਰਫਾਰਮ ਕਰੋ, ਹੈ ਨਾ, ਬਲਕਿ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਸਟੇਜ ਤੇ ਹੀ ਕੰਮ ਆਪਾਂ ਨੂੰ, ਕਿਉਂਕਿ ਸਾਨੂੰ ਲੱਗਦਾ ਕਿ ਸਾਡੇ ਵਾਸਤੇ ਸਟੇਜ ਬਣਾਈ ਹੋਈ ਹੈ, ਕਾਹਦੇ ਵਾਸਤੇ ਬਣਾਈ ਹੋਈ ਹੈ, ਤੇ ਆਡੀਅੰਸ ਵਾਸਤੇ ਫਲੋਰ ਆ, ਹੈ ਨਾ ਜੀ, ਤੇ ਚਲੋ ਕੋਈ ਬੁਲਾਉਂਦੇ ਵੀ ਅਸੀਂ ਲੇਡੀਜ਼ ਬੁਲਾਉਂਦੀਆਂ ਨੇ, ਅਸੀਂ ਪਿਆਰ ਨਾਲ ਚਲੇ ਵੀ ਜਾਂਦੇ ਹਾਂ, ਹੈ ਨਾ, ਤੇ ਕਈ ਬੰਦੇ ਹੁੰਦੇ ਆ ਜਿਵੇਂ ਕਿ ਸ਼ਰਾਬ ਸ਼ੁਰੂ ਕੀਤੀ ਹੁੰਦੀ, ਕਹਿੰਦੇ ਨੀਚੇ ਆਓ ਸਟੇਜ ਤੇ, ਨੀਚੇ ਆ ਕੇ ਡਾਂਸ ਕਰੋ, ਯੇ ਵੋ, ਹੈ ਨਾ, ਤੇ ਫਿਰ ਥੋੜਾ ਜਿਹਾ ਏਦਾਂ ਲੱਗਦਾ ਕਿ ਨਹੀਂ ਯਾਰ, ਮਤਲਬ ਵਧੀਆ ਨਹੀਂ ਲੱਗਦਾ, ਹੈ ਨਾ, ਜਾਣਾ ਹੈਗਾ, ਠੀਕ ਆ। ਫਿਰ ਉਸ ਤੋਂ ਬਾਅਦ ਮੈਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ, ਮੈਂ ਵਾਪਸ ਜਾਂਦੀ ਹਾਂ, ਫਿਰ ਮੈਨੂੰ ਦੁਬਾਰਾ ਔਰਗਨਾਈਜ਼ਰ ਭੇਜਦਾ ਕਿ ਜਾਓ, ਪੇਮੈਂਟ ਨਹੀਂ ਮਿਲਣੀ ਹੈਗੀ, ਠੀਕ ਹੈ ਜੀ। ਮੈਂ ਜਾਂਦੀ ਹਾਂ ਸਟੇਜ ਤੇ, ਉਹ ਦੁਬਾਰਾ ਮੈਨੂੰ ਕਹਿੰਦੇ ਨੀਚੇ ਆਓ ਜੀ, ਤਾਂ ਅਸੀਂ ਤੁਹਾਨੂੰ ਸਟੇਜ ਤੇ ਨਹੀਂ ਖੜੇ ਹੋਣ ਨੂੰ ਕਿਹਾ, ਤੁਸੀਂ ਦੁਬਾਰਾ ਨੀਚੇ ਆਓ ਜੀ। ਮੈਂ ਨੀਚੇ ਗਈ ਹਾਂ, ਮੈਂ ਉੱਪਰ, ਮੈਂ ਕਿਹਾ ਮੈਂ ਨੀਚੇ ਨਹੀਂ ਆਉਣਾ ਹੈਗਾ, ਹੈ ਨਾ, ਮੈਨੂੰ ਕਹਿੰਦੇ ਵਾਪਸ ਜਾ, ਮੈਂ ਪਹਿਲਾਂ ਵਾਪਸ ਚਲ ਗਈ ਹਾਂ, ਤੇ ਬਾਰ ਬਾਰ ਥੋੜੀ ਨਾ ਮੈਂ ਹੁਣ ਵਾਪਸ, ਤੁਸੀਂ ਮੈਨੂੰ ਕਹੋਗੇ ਔਰਗਨਾਈਜ਼ਰ ਕਰੂੰਗਾ ਸਟੇਜ ਤੇ ਆ ਜਾ, ਮੈਂ ਸਟੇਜ ਤੇ ਆ ਜਾਊਂਗੀ ਜੀ, ਤੇ ਮੇਰੀ ਕੋਈ ਸੈਲਫ ਰਿਸਪੈਕਟ ਨਹੀਂ, ਤੁਸੀਂ ਪੇਮੈਂਟ ਦਿੱਤੀ ਗਈ, ਮੈਂ ਕੱਠਪੁਤਲੀ ਹਾਂ, ਹੁਣ ਜਿਵੇਂ ਤੁਸੀਂ ਕਰੂੰਗੇ ਇੱਦਾਂ ਕਰੂੰਗੀ, ਹੈ ਨਾ। ਮੇਨ ਮੋਟਿਵ ਇਹੀ ਸੀਗਾ ਕਿ ਮੈਂ ਫਿਰ ਉੱਥੇ ਅੜ ਗਈ, ਕਿ ਮੇਰੀ ਸੈਲਫ ਰਿਸਪੈਕਟ ਹੁਣ ਗੱਲ ਆ ਗਈ, ਹੈ ਨਾ, ਮੈਂ ਅੜ ਗਈ ਉੱਥੇ, ਅੜ ਗਈ। ਫਿਰ ਉਹ ਮੈਨੂੰ ਕਹਿੰਦੇ ਕਿ ਬਈ ਤੁਸੀਂ ਨਾ ਕੀ ਕਹਿੰਦੇ, ਜਾਣਾ ਕਿ ਨਹੀਂ ਜਾਣਾ, ਇੱਦਾਂ ਮਤਲਬ ਨਾ ਔਕਵਰਡਲੀ ਬੋਲਣਾ। ਉਦੋਂ ਤੱਕ ਡੀਜੇ ਚੱਲ ਰਿਹਾ ਸੀਗਾ, ਇਹ ਵੀਡੀਓ ਡੀਜੇ ਜਦੋਂ ਬੰਦ ਹੋਇਆ, ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਡੀਜੇ, ਉਦੋਂ ਹੀ ਬੰਦ ਹੋਇਆ, ਪਹਿਲਾਂ ਡੀਜੇ ਚੱਲ ਰਿਹਾ ਸੀ, ਉਸ ਤੋਂ ਪਹਿਲਾਂ ਇਹ ਹਰਕਤਾਂ ਹੋ ਰਹੀਆਂ ਸੀਗੀਆਂ ਜੀ। ਫਿਰ ਮਿਊਜ਼ਿਕ ਬੰਦ ਹੋਇਆ, ਫਿਰ ਮੈਂ ਉਹਨਾਂ ਨੂੰ ਗੱਲ ਕਹੀ, ਮੈਂ ਕਿਹਾ ਕਿ ਤੁਸੀਂ ਦੇਖੋ
ਅਸੀਂ ਵੀ ਕੁੜੀਆਂ ਹਨਾ, ਮੈਂ ਕਿਹਾ ਤੂੰ ਗਾਲ ਕਿਵੇਂ ਕੱਢੀ, ਮੈਂ ਕਿਹਾ ਤੂੰ ਉਦਾਂ ਕਿਵੇਂ ਜੋ ਵੀ ਗਾਲ ਕੱਢੀ ਤੂੰ ਕਿੱਦਾਂ ਕਿਉਂ ਕੱਢੀ ਗਾਲ ਹਨਾ। ਤੇ ਉਸ ਤੋਂ ਬਾਅਦ ਇਹਨੇ ਦੂਜੇ ਬੰਦੇ ਨੇ ਆ ਕੇ ਕਹਿੰਦਾ ਤੂੰ ਜਾਂਦੀਆਂ ਕਿ ਨਹੀਂ ਜਾਂਦੀ, ਉਹਨੇ ਗਲਾਸ ਇਵੇਂ ਕਰਕੇ ਮੇਰੇ ਵੱਲ ਸਿੱਟਿਆ ਜੋ ਮੇਰੇ ਲੱਗਿਆ ਨਹੀਂ, ਮੈਂ ਬਚਾ ਹੋ ਗਿਆ ਮੇਰਾ ਹਨਾ, ਵੈਸੇ ਤਾਂ ਉਹਨੇ ਅਟੈਕ ਮੇਰੇ 'ਤੇ ਹੀ ਕੀਤਾ ਸੀਗਾ। ਚਲੋ ਮੈਂ ਵਾਪਸ ਗਈ ਹਾਂ, ਮੇਰੇ ਖਿਆਲ ਨਾਲ ਜੋ ਉਹਦੇ ਹੱਥ 'ਚ ਕੁਛ ਹੋਰ ਹੁੰਦਾ ਉਹ ਵੀ ਮੇਰੇ ਮਾਰ ਦੇਣਾ ਸੀ ਉਹਨੇ ਹਨਾ, ਪੈਗ ਦਾ ਗਲਾਸ ਸੀਗਾ ਉਹਨਾਂ ਨੇ ਮੇਰੇ ਮਾਰਿਆ ਜਿਹੜਾ। ਇੱਡੀ ਵੀ ਕੀ ਚੀਜ਼ ਹੋ ਗਈ ਸੀ, ਕੀ ਗੱਲ ਹੋ ਗਈ ਸੀਗੀ ਕਿ ਉਹਨੇ ਇੱਕਦਮ ਕੱਚ ਦਾ ਗਲਾਸ ਆ ਜਿਹੜਾ ਕਿ ਸਿੱਟ ਕੇ ਤੁਹਾਡੇ 'ਤੇ ਮਾਰਿਆ, ਤੁਹਾਡੇ 'ਤੇ ਅਟੈਕ ਕਰਨ ਦੀ ਕੋਸ਼ਿਸ਼? ਉਹ ਐਕਚੁਅਲੀ ਮੈਂ ਫੀਮੇਲ ਹਾਂ ਨਾ, ਅਤੇ ਉਹ ਮਰਦ ਆ, ਉਹਨੂੰ ਇਹ ਗੱਲ ਪਿੰਚ ਕਰ ਗਈ, ਈਗੋ ਹਰਟ ਹੋ ਗਈ, ਈਗੋ ਹਰਟ ਹੋ ਗਈ ਕਿ ਕੁੜੀ ਨੇ ਇਹ ਹੁੰਦੀ ਕੌਣ, ਅਸੀਂ ਮੁੰਡੇ ਹੋ ਗਏ ਹਾਂ ਹਨਾ। ਇਹ ਗੱਲ ਕਿਤੇ ਨਾ ਕਿਤੇ ਮੁੰਡਿਆਂ 'ਚ ਹੈਗੀ ਆ, ਵੈਸੇ ਤਾਂ ਆਪਾਂ ਸਮਾਜ ਕਹਿੰਦਾ ਕਿ ਕੁੜੀਆਂ ਮੁੰਡੇ ਇੱਕ ਬਰਾਬਰ ਆ, ਸਭ ਕੁਛ ਇੱਕ ਬਰਾਬਰ ਹਨਾ, ਪਰ ਉਹਦੀ ਈਗੋ ਹਰਟ ਹੋ ਗਈ ਸੀ ਜਿਹਦੇ ਕਰਕੇ ਉਹਨੇ ਮੇਰੇ ਗਲਾਸ ਮਾਰਿਆ। ਇੱਕ ਆਰਟਿਸਟ ਆਰਟਿਸਟ ਹੁੰਦਾ ਵਾ, ਚਾਹੇ ਉਹ ਕਿਤੇ ਵੀ ਪਰਫੋਰਮ ਕਰ ਰਿਹਾ ਵਾ, ਕਿਸੇ ਵੀ ਸਟੇਜ ਤੇ ਖੜਾ ਵਾ, ਆਰਟਿਸਟ ਆਰਟਿਸਟ ਹੁੰਦਾ ਵਾ ਹਨਾ। ਤੇ ਲੱਗਦਾ ਨੀ ਕਿ ਵਿਆਹ ਸ਼ਾਦੀਆਂ ਦੇ ਵਿੱਚ ਅਕਸਰ ਹੀ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਤਾਂ ਤੁਸੀਂ ਸੀ ਤੁਹਾਡੀ ਵੀਡੀਓ ਵਾਇਰਲ ਹੋ ਗਈ, ਨਹੀਂ ਤਾਂ ਅਕਸਰ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਡਾਂਸ ਪਰਫਾਰਮੈਂਸ ਦਿੱਤੀ ਜਾਂਦੀ ਆ। ਇਸ ਤੋਂ ਵੀ ਖਤਰਨਾਕ ਵੀਡੀਓ ਵਾਇਰਲ ਹੋ ਚੁੱਕੀਆਂ ਨੇ ਪਹਿਲਾਂ ਜੀ, ਬਠਿੰਡੇ ਵਾਲੀ ਕੁੜੀ ਦੀ ਡੈਥ ਹੋਈ ਸੀ ਜੀ, ਇਸ ਤੋਂ ਵੀ ਬਹੁਤ ਸਾਰੀਆਂ ਖਤਰਨਾਕ ਵੀਡੀਓ ਵਾਇਰਲ ਹੋ ਗਈਆਂ ਆ। ਬਾਕੀ ਯਾਰ ਜਿਹੜੇ ਬੰਦੇ ਦੇਖੋ ਦੁਨੀਆਂ ਦੇ ਵਿੱਚ ਕਿਸੇ ਨੂੰ ਰਾਹ 'ਚ ਐਕਸੀਡੈਂਟ ਵੀ ਹੋ ਜਾਂਦਾ ਤੇ ਆਪਾਂ ਲਾਗੂ ਦੀ ਲੰਘ ਜਾਂਦੇ ਹਾਂ ਹਨਾ, ਕੁਛ ਕੁ ਬੰਦੇ ਹੁੰਦੇ ਆ ਜਿਹੜੇ ਚੁੱਕ ਕੇ ਹੋਸਪਿਟਲ ਛੱਡ ਕੇ ਆਉਂਦੇ, ਨਹੀਂ ਤਾਂ ਸਾਰੇ ਆਪਦੇ ਆਪਦੇ ਕੰਮ ਲੱਗ ਜਾਂਦੇ। ਹਰ ਇੱਕ ਲਾਈਨ ਦੇ ਵਿੱਚ ਇਵੇਂ ਹੀ ਆ, ਮੇਰੀ ਲਾਈਨ ਕੁਛ ਖਾਸ ਨਹੀਂ ਕਿ ਅਨਸੁਰੱਖਿਅਤ ਜਿਹਨੂੰ ਕਹਿ ਦਿੰਦੇ ਉਹ ਹੈ, ਪਰ ਠੀਕ ਆ, ਮਤਲਬ ਜੋ ਵੀ ਆਪਣੀ ਰਿਸਪੋਂਸਿਬਿਲਟੀ 'ਤੇ ਸਾਨੂੰ ਰਹਿਣਾ ਪੈਂਦਾ ਆ। ਜੇ ਮੈਂ ਗਾਲਾਂ ਕੱਢੀਆਂ, ਮੈਂ ਆਪਦੀ ਸੈਲਫ ਰਿਸਪੈਕਟ ਲਈ ਉਹਨਾਂ ਨੂੰ ਗਾਲਾਂ ਕੱਢੀਆਂ ਜੀ, ਹਾਂ ਜੀ, ਕਿ ਤੁਸੀਂ ਹੁੰਦੇ ਕੌਣ ਹੋ ਮੈਨੂੰ ਗਲਾਸ ਮਾਰਨ ਵਾਲੇ, ਗਾਲ ਕੱਢਣ ਦਾ ਮੇਰਾ ਰੀਜ਼ਨ ਇਹੀ ਸੀਗਾ ਜੀ। ਤੇ ਉਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਵਿੱਚ? ਇਸ ਲਾਈਨ ਦੇ ਵਿੱਚ ਮੈਨੂੰ 12-13 ਸਾਲ ਹੋ ਚੱਲੇ ਆ ਜੀ। ਹਾਂਜੀ, ਕਿੰਨੀਆਂ ਕੁ ਘਟਨਾਵਾਂ ਇਸ ਤਰ੍ਹਾਂ ਦੀਆਂ ਤੁਸੀਂ ਫੇਸ ਕਰ ਚੁੱਕੇ ਹੋ? ਨਹੀਂ ਬਿਲਕੁਲ ਵੀ ਨਹੀਂ, ਇਹ ਜਿਹੜੇ ਫਸਟ ਟਾਈਮ ਹੀ ਮੇਰੇ ਨਾਲ ਹੋਇਆ, ਕਿਉਂਕਿ ਰਿਸਪੈਕਟ ਹੀ ਬਹੁਤ ਦਿੰਦੇ ਆ ਲੋਕ ਮੈਨੂੰ। ਐਨਆਰਆਈਜ਼ ਪਾਰਟੀਆਂ ਹੁੰਦੀਆਂ ਨੇ, ਬਾਹਰੋਂ ਆਉਂਦੀਆਂ ਨੇ, ਲੇਡੀਜ਼ ਆ ਕੇ ਜਫੀਆਂ ਪਾ ਪਾ ਮਿਲਦੀਆਂ ਨੇ, ਬੱਚੇ ਡਾਂਸ ਕਰਦੇ, ਬਹੁਤ ਪਿਆਰ ਦਿੰਦੇ ਨੇ ਮਤਲਬ, ਹਨਾ ਜੀ। ਤੇ ਤੁਸੀਂ ਆਲਰੇਡੀ ਵੀ ਮੇਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਨਾ, ਸਾਰੇ ਬਹੁਤ ਪਿਆਰ ਦਿੰਦੇ ਨੇ ਯਾਰ। ਇਹ ਪਹਿਲੀ ਵਾਰ ਕੋਈ ਚਾਂਸ ਹੋਇਆ ਸੀ ਮੇਰੇ ਨਾਲ ਇਦਾਂ ਦਾ ਜੀ। ਹਾਂਜੀ, ਜਦੋਂ ਇਹ ਚੀਜ਼ਾਂ ਹੁੰਦੀਆਂ ਨੇ, ਇੱਦਾਂ ਅਗਰੈਸ਼ਨ ਆਉਂਦਾ ਵਾ ਹਨਾ ਜੈਂਟਸ ਦੇ ਵਿੱਚ, ਹਨਾ ਇੱਦਾਂ ਦੀਆਂ ਚੀਜ਼ਾਂ ਕਰਦੇ ਨੇ, ਇਹਦੇ ਵਿੱਚ ਦੋਸ਼ ਕਿਸ ਚੀਜ਼ ਦਾ ਹੁੰਦਾ? ਕਿਉਂਕਿ ਜਿਹੜੇ ਉੱਥੇ ਪਰਫੋਰਮ ਕਰ ਰਹੇ ਨੇ, ਕਿਤੇ ਨਾ ਕਿਤੇ ਉਹਨਾਂ ਦੀ ਫੈਮਿਲੀ ਵੀ ਤਾਂ ਪਿੱਛੇ ਬੈਠੀ ਹੋਏਗੀ, ਮਾਂ ਭੈਣ ਹਨਾ ਬੇਟੀ ਬੈਠੀ ਹੋਏਗੀ ਪਿੱਛੇ। ਹਾਂ, ਉਹਨਾਂ ਨੂੰ ਲੱਗਦਾ ਵਾ ਕਿ ਸਾਡੇ ਮੁੰਡਿਆਂ ਨੇ ਹੁਣ ਸ਼ਰਾਬ ਪੀਤੀ ਹੋਈ ਹੈ, ਇਹਨਾਂ ਨੇ ਮੰਨਣਾ ਨਹੀਂ। ਓਬਵੀਅਸਲੀ ਕਈ ਪੇਰੈਂਟਸ ਵੀ ਡਰਦੇ ਨੇ ਮੁੰਡਿਆਂ ਕੋਲੋਂ, ਕਈ ਮੁੰਡਿਆਂ ਨੂੰ ਅਕਲ ਨਹੀਂ ਹੁੰਦੀ ਹਨਾ, ਮਾਂ ਬਾਪ ਵੀ ਉੱਥੇ ਕੀ ਕਰ ਸਕਦਾ, ਆਪਾਂ ਉਹਦੇ ਮਾਂ ਪਿਓ ਨੂੰ ਕਿਉਂ ਕੁਛ ਕਹੀਏ ਜੀ। ਉਹਨਾਂ ਦੀ ਗਲਤੀ ਇਹ ਕੁਛ ਵੀ ਨਹੀਂ ਹੈਗੀ, ਗਲਤੀ ਉਹ ਮੁੰਡੇ ਦੀ ਹੈ ਜਿਹੜੇ ਸ਼ਰਾਬ ਦੇ ਵਿੱਚ ਜਿਵੇਂ ਮੇਰੇ ਵੱਲ ਗਲਾਸ ਮਾਰਿਆ ਵਾ ਹਨਾ, ਗਲਤੀ ਬਾਕੀ ਜਿਹੜੀ ਹੈਗੀ ਆ ਸਾਡੇ ਆਪਣਿਆਂ ਦੀ ਆ, ਕਹਿੰਦੇ ਆਪਣਾ ਖੋਟਾ ਸਿੱਕਾ ਹੋਵੇ ਤਾਂ ਆਪਾਂ ਕਿਸੇ ਨੂੰ ਕੀ ਕਹਿਣਾ, ਗਲਤੀ ਹੈਗੀ ਆ ਉਹਨਾਂ ਦੀ ਜੀ। ਉਹਨਾਂ ਵੱਲੋਂ ਇੱਕ ਐਕਸ਼ਨ ਕੀਤਾ ਜਾਂਦਾ ਕਿ ਗਲਾਸ ਮਾਰਿਆ ਜਾਂਦਾ ਹਨਾ, ਪਹਿਲਾਂ ਤੁਹਾਨੂੰ ਕਿਹਾ ਵੀ ਜਾਂਦਾ ਹੱਥ ਨਾਲ ਇਸ਼ਾਰਾ ਕਰਕੇ ਕਿ ਜਾਓ ਹਨਾ, ਉਸ ਤੋਂ ਬਾਅਦ ਜੇ ਤੁਹਾਡਾ ਰਿਐਕਸ਼ਨ ਆਉਂਦਾ ਤੁਹਾਡੇ ਵੱਲੋਂ ਗਾਲੀ ਗਲੋਚ ਕੀਤੀ ਜਾਂਦੀ ਆ ਹਨਾ, ਤੇ ਉਸ ਚੀਜ਼ ਦਾ ਬੜਾ ਮੁੱਦਾ ਬਣਿਆ ਕਿ ਲੜਕੀ ਨੇ ਬੜੀਆਂ ਗਾਲੀਆਂ ਕੱਢੀਆਂ। ਇਹੋ ਤਾਂ ਈਗੋ ਹੋਈ ਹੈ ਨਾ ਹਰਟ ਮੁੰਡਿਆਂ ਦੀ, ਇਹ ਕਿੱਦਾਂ ਕੱਢ ਸਕਦੀ ਆ, ਇਹ ਮੁੰਡਿਆਂ ਵਾਲੀਆਂ ਗਾਲਾਂ ਕਿੱਦਾਂ ਕੱਢ ਸਕਦੀ ਆ ਹਨਾ, ਉਹਨਾਂ ਨੂੰ ਇਹੀ ਚੀਜ਼ ਦੀਆਂ ਮਿਰਚਾਂ ਲੱਗੀਆਂ ਕਿ ਮੁੰਡਿਆਂ ਵਾਲੀਆਂ ਗਾਲਾਂ ਕਿੱਦਾਂ ਕੱਢ ਸਕਦੀ ਹੈ ਕੁੜੀ ਹੋ ਕੇ, ਫਿਰ ਕੁੜੀਆਂ ਲਈ ਕੋਈ ਵਰਡ ਬਣਾ ਦਿਓ ਹਨਾ ਜੀ। ਤੇ ਯਾਰ ਜਦੋਂ ਕਹਿੰਦੇ ਨਾ ਕਿ ਜਦੋਂ ਬੰਦਾ ਗੁੱਸੇ 'ਚ ਹੁੰਦਾ ਨਾ ਉਹਦੀ ਮਦਰ ਟੰਕ ਨਿਕਲਦੀ ਹੈ ਇੱਕ ਜੀ ਹਨਾ, ਤੇ ਅਸੀਂ ਹੈਗੇ ਹਾਂ ਜੀ, ਮੈਂ ਹੈਗੀ ਅੰਮ੍ਰਿਤਸਰ ਤੋਂ ਨਾ, ਮੈਂ ਮਾਝੇ ਵਾਲ ਤੋਂ, ਫਿਰ ਜਿਹੜੀ ਮੂੰਹ 'ਚ ਗਾਲ ਆਉਂਦੀ ਗੁੱਸੇ ਦੇ ਵਿੱਚ ਕਿਹੜਾ ਤੁਹਾਨੂੰ ਪਤਾ ਲੱਗਦਾ, ਜੇ ਉਹਨੂੰ ਗੁੱਸੇ 'ਚ ਨਹੀਂ ਪਤਾ ਲੱਗਾ ਗਲਾਸ ਮਾਰਨਾ ਆ ਜੀ, ਤੇ ਮੈਂ ਕਿਹੜੀ ਗਾਲ ਕੱਢਣੀ ਹੈ, ਮੈਂ ਸੋਚ ਕੇ ਕੱਢਾਂਗੀ ਜੀ।
ਠੀਕ ਹੈ ਨਾ, ਇਹ ਚੀਜ਼ ਹੋਈ ਸੀਗੀ ਐਕਚੁਅਲ 'ਚ। ਅਤੇ ਮੈਂ ਕੋਈ ਮੇਰਾ ਐਡਾ ਵੱਡਾ ਇਸ ਗੱਲ ਦਾ ਇਸ਼ੂ ਵੀ ਨਹੀਂ ਸੀ ਬਣਾਉਣਾ। ਮੈਂ ਜਦੋਂ ਹਾਲੇ ਉਹੀ ਸ਼ੋਅ ਕੱਲ੍ਹ ਕੰਪਲੀਟ ਕਰਕੇ ਘਰ ਪਹੁੰਚੀ ਹਾਂ, ਘਰ ਪਹੁੰਚਿਆ ਹੀ ਮੇਰੇ ਮੈਨੇਜਰ ਨੇ ਮੈਨੂੰ ਇੱਕ ਵੀਡੀਓ ਸੈਂਡ ਕੀਤੀ ਹੈ ਜਿੱਥੇ ਲਿਖਿਆ ਸੀਗਾ ਕਿ ਇੱਦਾਂ ਇੱਦਾਂ ਕਰਕੇ, ਹੈ ਨਾ। ਅਤੇ ਲਿਖਿਆ ਕੁਛ ਨਹੀਂ ਸੀਗਾ ਕਿ ਮੈਨੂੰ ਮੈਨੇਜਰ ਨੇ ਲਿਖਿਆ ਕਿ ਆਹ ਦੇਖੋ ਤੁਹਾਨੂੰ ਨਾ ਨੀਚੇ ਤੁਹਾਡੀ ਇਮੇਜ ਗਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਦੇਖੋ ਆਹ ਦੇਖੋ ਕੁੜੀ ਕਿੱਦਾਂ ਗਾਲਾਂ ਕਰਦੀ ਪਈ ਆਡੀਅੰਸ ਵਾਲਿਆਂ ਨੂੰ ਜੀ। ਅਤੇ ਫਿਰ ਮੈਂ ਉਹਦਾ ਰਿਪਲਾਈ ਜਿਹੜਾ ਸੀਗਾ ਆਪਦੇ ਖੁਦ 'ਤੇ, ਮੈਂ ਕਿਹਾ ਲੋਕਾਂ ਨੇ ਮੈਨੂੰ ਕੀ ਗੱਲਾਂ ਕਰਨੀਆਂ, ਮੈਂ ਆਪ ਹੀ ਲਿਖ ਕੇ ਮੈਂ ਕਿਹਾ ਇੱਜ਼ਤ ਕਰੂੰਗੇ ਤਾਂ ਕਰਾਉਂਗੇ, ਨਹੀਂ ਤਾਂ ਫਿਰ ਗਾਲਾਂ ਹੀ ਖਾਉਂਗੇ ਜੀ। ਜੀ 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 ਠੀਕ ਹੈ ਨਾ। ਮੈਂ ਇੱਕ ਕੈਪਸ਼ਨ ਲੈ ਕੇ ਆਪਦੇ ਸਟੋਰੀ 'ਤੇ ਪਾਤਾ ਜੀ, ਠੀਕ ਆ। ਉਹ ਫਿਰ ਉਹ ਸਟੋਰੀ ਤੋਂ ਹੀ ਗੱਲ ਚੱਲੀ ਆ ਬਾਕੀ ਦੀ। ਅਤੇ ਮੁੱਦਾ ਇਹ, ਬਾਕੀ ਮੈਂ ਕੰਪਲੇਂਟ ਵੀ ਕੀਤੀ ਉਹਨਾਂ 'ਤੇ ਜਿਹਨੇ ਗਲਾਸ ਮਾਰਿਆ ਸੀ। ਮੇਰੀ ਲੜਾਈ ਸਿਰਫ ਉਸ ਬੰਦੇ ਨਾਲ ਆ, ਨਾ ਉਹਦੇ ਪੇਰੈਂਟਸ ਨਾਲ ਆ, ਨਾ ਉਹਦੇ ਪਿੱਛੇ ਕਿਸੇ ਨਾਲ ਆ। ਮੇਰੀ ਲੜਾਈ ਸਿਰਫ ਉਸ ਬੰਦੇ ਨੇ ਜਿਹਨੇ ਮੈਨੂੰ ਰਿਸਪੈਕਟ ਕੀਤੀ ਆ। ਉਹ ਕੁੜੀ ਆ ਸਾਹਮਣੇ ਜਾਂ DSP ਦਾ ਕੁਛ ਲੱਗਦਾ ਵਾ, ਮੈਨੂੰ ਮਤਲਬ ਨਹੀਂ ਆ। ਉਹ ਮੇਰੇ ਵਾਸਤੇ ਇਨਸਾਨ ਆ ਅਤੇ ਮੈਂ ਉਹਦੇ ਵਾਸਤੇ ਇਨਸਾਨ, ਉਹਨੇ ਦੂਸਰੇ ਇਨਸਾਨ ਦੀ ਡਿਸਰਿਸਪੈਕਟ ਕੀਤੀ ਹੈ। ਮੈਨੇਜਰ ਵੱਲੋਂ ਜੋ ਮੈਨੇਜਰ ਦੇ ਨਾਲ ਗੱਲਬਾਤ ਹੁੰਦੀ ਹੈ ਸਾਡੀ ਟੀਮ ਦੀ, ਤਾਂ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਕੁਝ ਜਾਤੀ ਸੂਚਕ ਵਰਡ ਨੇ ਜਿਹੜੇ ਉਹ ਵੀ ਵਰਤੇ ਜਾਂਦੇ ਨੇ, ਤਾਂ ਤੁਹਾਡੇ ਵੱਲੋਂ ਮਨਾ ਵੀ ਕੀਤਾ ਗਿਆ ਕਿ ਇਹ ਗੱਲ ਨਾ ਬੋਲ ਵੀ ਮੈਂ ਵੀ ਜੱਟਾਂ ਦੀ ਧੀ ਹਾਂ। ਹਾਂਜੀ ਹਾਂਜੀ, ਇਹ ਗੱਲ ਜ਼ਰੂਰ ਹੋਈ ਸੀਗੀ। ਉਹ ਗਾਣਾ ਹੈਗਾ ਨਾ ਚੱਕ ਲੈਣਗੇ ਤੈਨੂੰ, ਚੱਕ ਲੈਣਗੇ, ਇੱਦਾਂ ਕੁਛ ਗਾਣਾ ਸੀਗਾ। ਅਤੇ ਮੈਂ ਫਿਰ ਉਹਨਾਂ ਨੂੰ ਮਾਈਕ ਫੜ ਕੇ ਪਹਿਲਾਂ ਤਾਂ ਇਹ ਕਿਹਾ ਕਿ ਵੀ ਆਰ ਹਿਊਮਨਸ, ਠੀਕ ਹੈ, ਨਾ ਮੈਂ ਕੁੜੀ ਹਾਂ ਨਾ ਤੁਸੀਂ ਮੁੰਡੇ ਹੋ, ਇਹ ਨਾ ਸਮਝੋ, ਵੀ ਆਰ ਹਿਊਮਨਸ। ਅਤੇ ਮੈਂ ਕਿਹਾ ਬਾਕੀ ਗੱਲ ਰਹੀ ਜੱਟਾਂ ਵਾਲੀ, ਅੱਛਾ ਆਪਾਂ ਜਦੋਂ ਲੇਡੀ ਸੰਗੀਤ 'ਤੇ ਜਾਂਦੇ ਹਾਂ, ਇਹ ਗੱਲ ਆਪਾਂ ਮੁੱਦਾ ਹਾਲੇ ਰੋਕਦੇ ਹਾਂ, ਜਦੋਂ ਆਪਾਂ ਲੇਡੀ ਸੰਗੀਤ 'ਤੇ ਜਾਂਦੇ, ਲੇਡੀਜ਼ ਕਿੰਨੀਆਂ ਗੰਦੀਆਂ ਬੋਲੀਆਂ ਮਾਰਦੀਆਂ ਜੀ ਲੇਡੀ ਸੰਗੀਤ 'ਤੇ, ਉੱਥੇ ਕੀ ਮੁੰਡੇ ਗਲਾਸ ਮਾਰਨ ਲੱਗ ਜਾਂਦੇ? ਮੈਂ ਮਾਈਕ ਫੜ ਕੇ ਇਹ ਗੱਲ ਕਹਿਤੀ, ਮੈਂ ਕਿਹਾ ਜੇ ਤੁਸੀਂ ਜੱਟਾਂ ਦੇ ਮੁੰਡੇ ਹੋ ਚੱਕ ਲਓਗੇ ਤਾਂ ਇੱਧਰ ਵੀ ਜੱਟਾਂ ਦੀ ਕੁੜੀ ਆ, ਕਿੱਦਾਂ ਚੱਕ ਲਉਂਗੇ? ਇਹ ਮੈਂ ਬੋਲੀ ਮਾਰੀ ਸੀ, ਹੁਣ ਅਗਲੇ ਦਿਨ ਰਿਚਾਂ ਲੱਗ ਗਿਆ, ਮੈਂ ਕੀ ਕਰ ਸਕਦੀ ਹਾਂ ਉੱਥੇ ਜੀ। ਠੀਕ ਹੈ, ਮੈਂ ਤਾਂ ਖਾਲੀ ਬੋਲੀ ਮਾਰੀ ਸੀ ਕਿ ਜੇ ਤੁਸੀਂ ਜੱਟਾਂ ਦੇ ਮੁੰਡੇ ਹੋ ਤਾਂ ਇੱਧਰ ਵੀ ਜੱਟਾਂ ਦੀ ਕੁੜੀ ਆ, ਕਿਵੇਂ ਚੱਕ ਲਉਂਗੇ? ਗਾਣਾ ਉਹਨਾਂ ਵੱਲੋਂ ਗਾਇਆ ਗਿਆ, ਗਾਣਾ ਉਹਨਾਂ ਵੱਲੋਂ ਲਾਇਆ ਗਿਆ ਸੀ ਉੱਥੇ ਸਟੇਜ 'ਤੇ, ਤੇ ਨਾਲ ਐਵੇਂ ਇਸ਼ਾਰੇ ਮੈਨੂੰ ਕਰ ਰਹੇ ਸੀ ਜੀ, ਹਾਂ ਚੱਕ ਲੈਣਗੇ ਉਹ, ਇਹ ਗੱਲ ਸੀ ਜੀ। ਤੇ ਤੁਸੀਂ ਜਿਹੜੀ ਟੀਮ ਦੇ ਨਾਲ ਗਏ ਸੀ, ਉਹ ਟੀਮ ਨੇ ਤੁਹਾਡਾ ਸਾਥ ਨਹੀਂ ਦਿੱਤਾ ਉਸ ਟਾਈਮ ਤੇ, ਕਿ ਜਿਵੇਂ ਤੁਸੀਂ ਕਿਹਾ ਕਿ ਉਹ ਕਹਿੰਦੇ ਕਿ ਪੇਮੈਂਟ ਕੱਟੀ ਜਾਣੀ ਆ, ਜਾ ਕੇ ਤੁਸੀਂ ਦੁਬਾਰਾ ਸਟੇਜ ਤੇ ਜਾਓ ਪਰਫਾਰਮ ਕਰੋ? ਮੈਂ ਉਹਨਾਂ ਨੂੰ ਖੁਦ ਕਿਹਾ, ਮੈਂ ਕਿਹਾ ਕਿ ਤੁਸੀਂ ਪੇਮੈਂਟ ਦੀ ਟੈਨਸ਼ਨ ਨਾ ਲਓ, ਮੈਂ ਤੁਹਾਡਾ ਪੂਰਾ ਸੀਜ਼ਨ ਫ੍ਰੀ 'ਚ ਲਾ ਦਾਂਗੀ, ਠੀਕ ਹੈ, ਤੁਸੀਂ ਇੱਕ ਵਾਰੀ ਮੇਰੇ ਨਾਲ ਖੜ ਜਾਓ। ਪਰ ਨਹੀਂ, ਉਹਨਾਂ ਨੇ ਉਦੋਂ ਮੈਂ ਨਾ ਵੈਸੇ ਮੈਂ ਬਹੁਤ ਸਟਰੋਂਗ ਸੀਗੀ ਉੱਥੋਂ ਤੱਕ ਕਿ ਕੋਈ ਨਹੀਂ, ਵੱਧ ਤੋਂ ਵੱਧ ਮੇਰਾ ਸਿਰ ਪਾੜ ਦੇਣਗੇ, ਮੈਨੂੰ ਮਾਰ ਦੇਣਗੇ, ਕੋਈ ਗੱਲ ਨਹੀਂ। ਪਰ ਜਦੋਂ ਇਹਨਾਂ ਦਾ ਮੈਂ ਹਾਲ ਦੇਖਿਆ ਨਾ ਕਿ ਇਹਨਾਂ ਨੂੰ ਆਪਦੀ ਪੇਮੈਂਟ ਦੀ ਪਈ, ਉਦੋਂ ਮੇਰੇ ਅੱਥਰੂ ਗਿਰੇ ਸੀ ਬਸ, ਹੈ ਨਾ, ਉਦੋਂ ਮੇਰੇ ਅੱਥਰੂ ਗਿਰ ਗਏ ਕਿ ਮਤਲਬ ਕਿ ਇਹਨਾਂ ਨੂੰ ਸਿਰਫ ਇਹ ਆ ਕਿ ਸਾਡੀ ਪੇਮੈਂਟ, ਜਿਹਦੇ ਕਰਕੇ ਇਹਨਾਂ ਨੇ ਮੈਨੂੰ ਬੁਲਾਇਆ, ਸਿਰਫ ਪੇਮੈਂਟ ਕਰਕੇ ਬੁਲਾਇਆ, ਇੱਕ ਕਿ ਕੋਈ ਮਤਲਬ ਹੈ ਨਹੀਂ ਆ। ਫਿਰ ਇਹਨੂੰ ਕੱਲ੍ਹ ਮੈਨੂੰ ਇੱਕ ਐਕਚੁਲੀ ਮੈਚੋਰਿਟੀ ਜੀ ਸਮਝ ਆਈ ਆ, ਕੱਲ੍ਹ ਤੋਂ ਪਹਿਲਾਂ ਤਾਂ ਮੇਰੇ 'ਚ ਬਚਪਨਾ ਹੀ ਸੀਗਾ, ਕੱਲ੍ਹ ਦੀ ਮੈਂ ਥੋੜ੍ਹੀ ਜਿਹੀ ਸਿਆਣੀ ਹੋ ਗਈ ਆ ਇਹ ਗੱਲ ਸੁਣ ਕੇ ਕਿ ਚਲੋ ਇਕੱਲਾ ਬੰਦਾ ਆ। ਅਤੇ ਫਿਰ ਵੀ ਮਨ 'ਚ ਕੋਈ ਖਿਆਲ ਆਉਂਦਾ ਕਿ ਮੈਂ ਇੱਕ ਤਾਂ ਸਾਹਮਣੇ ਲੜਕੇ ਡਿਸਰਿਸਪੈਕਟ ਕਰ ਰਹੇ ਨੇ, ਚਲੋ ਗਾਲਾਂ ਕੱਢਤੀਆਂ ਤੁਸੀਂ ਵੀ, ਉਹਨਾਂ ਨੇ ਵੀ ਕੀਤਾ, ਠੀਕ ਆ। ਉਦੋਂ ਬਾਅਦ 'ਚ ਜਦੋਂ ਤੁਹਾਨੂੰ ਲੱਗਦਾ ਕਿ ਜਿਹੜੀ ਟੀਮ ਨੂੰ ਤੁਹਾਡੇ ਨਾਲ ਖੜਨਾ ਚਾਹੀਦਾ ਸੀ ਉਹ ਕਹਿ ਰਹੇ ਕਿ ਪੇਮੈਂਟ ਕੱਟ ਲਾਂਗੇ, ਨਹੀਂ ਉਹਨਾਂ ਨੇ ਪੇਮੈਂਟ ਕੱਟ ਲਾਂਗੇ ਨਹੀਂ ਕਿਹਾ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੂੰ ਚੁੱਪ ਕਰ ਜਾ, ਹਲੇ ਉਹਨਾਂ ਤੋਂ ਪੇਮੈਂਟ ਲੈਣੀ ਆ। ਓਕੇ, ਸਾਹਮਣੇ ਵਾਲੀ ਪਾਰਟੀ ਤੋਂ ਹਲੇ ਅਸੀਂ ਪੇਮੈਂਟ ਨਹੀਂ ਲਿੱਤੀ, ਆਹ ਗੱਲ ਹੋਈ ਸੀ। ਹਾਂਜੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਪੇਮੈਂਟ ਨੂੰ ਗੋਲੀ ਮਾਰੋ, ਤੁਸੀਂ ਮੇਰੇ ਨਾਲ ਖੜੋ ਤਾਂ ਸਹੀ ਇੱਕ ਵਾਰੀ। ਤੇ ਖੜਿਆ ਕੋਈ? ਨਹੀਂ, ਉਹ ਮੈਨੂੰ ਕਹਿੰਦੇ ਚੁੱਪ ਕਰ ਜਾ, ਤੂੰ ਤੇਰੀ ਗਲਤੀ ਆ, ਚੁੱਪ ਕਰ ਜਾ, ਤੂੰ ਤੇਰੀ ਗਲਤੀ ਆ। ਮੈਂ ਕਿਹਾ ਮੈਂ ਨਹੀਂ ਚੁੱਪ ਕਰ, ਚੁੱਪ ਕਰਾਉਣ ਦਾ ਰੀਜ਼ਨ ਪੁੱਛਿਆ ਤੁਸੀਂ? ਰੀਜ਼ਨ ਉਹਨਾਂ ਨੇ ਮੇਰੇ ਇੱਥੋਂ ਹੀ ਇੰਨੇ ਗਿਰ ਗਏ, ਮੈਂ ਕਿਹਾ ਕਿ ਯਾਰ ਤੁਸੀਂ ਇੰਨੇ ਗਿਰ ਗਏ ਹੋ, ਮਤਲਬ ਪੇਮੈਂਟ ਤਾਂ ਤੁਸੀਂ ਮੇਰੇ ਨਾਲ ਖੜਨ ਦੀ ਬਜਾਏ ਉੱਥੇ ਮੈਂ ਇਕੱਲਾ ਜਿਹਾ ਮਹਿਸੂਸ ਕੀਤਾ ਕਿ ਹਾਂ ਯਾਰ ਸੱਚੀ ਪੇਰੈਂਟਸ ਦੀ ਆਪਾਂ ਨੂੰ ਬਹੁਤ ਲੋੜ ਹੁੰਦੀ ਆ। ਆਪਾਂ ਕਹਿੰਦੇ ਨਾ ਸਟਰਗਲ ਆਪਾਂ ਇਕੱਲੇ ਕਰ ਲਾਂਗੇ ਜੇ ਕੁਛ ਕਰ ਲਾਂਗੇ, ਜਿੱਥੇ ਘਰਦਿਆਂ ਨੇ ਖੜ ਜਾਣਾ ਉੱਥੇ ਕਿਸੇ ਨੇ ਨਹੀਂ ਖੜਨਾ। ਜਦੋਂ ਸਵੇਰ ਦੀ ਇਹ ਵੀਡੀਓ ਵਾਇਰਲ ਹੋ ਰਹੀ ਆ, ਘਰਦਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਉਹਨਾਂ ਦੀ ਧੀ ਆ, ਘਰਦਿਆਂ ਦਾ ਕੋਈ ਫੋਨ, ਘਰਦਿਆਂ ਨੇ ਕੁਛ ਕਿਹਾ, ਕੋਈ ਗੱਲਬਾਤ ਉਹਨਾਂ ਨਾਲ,
ਘਰ ਦੇ ਤੇ ਮੈਨੂੰ ਕਹਿੰਦੇ ਟੈਨਸ਼ਨ ਨਾ ਲੈ, ਦਵਾਈ ਦਵੂਈ ਖਾ, ਕੋਈ ਗੱਲ ਨਹੀਂ। ਮੈਂ ਕਿਹਾ ਮੈਨੂੰ ਕਿਹੜਾ ਕੁਛ ਹੋਇਆ ਆ, ਮੈਂ ਤਾਂ ਠੀਕ ਹਾਂ। ਭੂਆ ਹੋਣੀ ਕਹਿੰਦੇ ਸੀ ਕੱਲ੍ਹ, ਅੱਜ ਕਹਿੰਦੇ ਸੀ ਆਵਾਂਗੇ ਅਸੀਂ, ਫੋਨ ਵੱਜਦੇ ਪਏ ਆ ਹੁਣ ਮੇਰੇ, ਮੈਂ ਚੁੱਕਦੀ ਹਾਂ, ਦੇਖਦੀ ਹਾਂ ਕੀ ਆ, ਹੈ ਨਾ, ਕੀ ਸਿਸਟਮ ਆ। ਬਾਕੀ ਬਸ ਇੱਦਾਂ ਹੀ ਆ ਯਾਰ, ਠੀਕ ਆ। ਕਿੱਦਾਂ ਲੱਗਦਾ ਜਦੋਂ ਇੱਕ ਆਰਟਿਸਟ ਆਪਣਾ ਕੰਮ ਕਰ ਰਿਹਾ ਵਾ, ਹੈ ਨਾ, ਤੇ ਇੱਕ ਬਹੁਤ ਬੁਰੀ ਨਜ਼ਰ ਦੇ ਨਾਲ ਉਹਨਾਂ ਨੂੰ ਵੇਖਿਆ ਜਾਂਦਾ ਵਾ, ਉਹਨਾਂ ਨੂੰ ਇਹ ਸਮਝਿਆ ਜਾਂਦਾ ਕਿ ਅਸੀਂ ਪੇਮੈਂਟ ਕਰਤੀ ਆ, ਵੀ ਅਸੀਂ ਹੁਣ ਜਿਵੇਂ ਮਰਜ਼ੀ ਇਹਨਾਂ ਨਾਲ ਡਾਂਸ ਕਰ ਸਕਦੇ ਹਾਂ, ਜਿਵੇਂ ਮਰਜ਼ੀ ਇਹਨਾਂ ਨੂੰ ਸਟੇਜ ਤੋਂ ਥੱਲੇ ਬੁਲਾ ਸਕਦੇ ਹਾਂ, ਮਤਲਬ ਰਿਸਪੈਕਟ ਨਹੀਂ ਹੈ। ਹਾਂਜੀ ਬਿਲਕੁਲ, ਰਿਸਪੈਕਟ ਤਾਂ ਦੇਖੋ ਮੇਰੀ ਆ, ਮੈਂ ਤੁਹਾਨੂੰ ਦੱਸਿਆ ਨਾ ਪਹਿਲਾ ਹੈਗਾ ਸੀਗਾ, ਪਹਿਲਾ ਮੇਰੇ ਨਾਲ ਜ਼ਿੰਦਗੀ ਦਾ ਸੀਗਾ ਰਿਸਪੈਕਟ, ਮੈਨੂੰ ਹਰ ਜਗ੍ਹਾ 'ਤੇ ਮਿਲੀ ਆ। ਰਿਸਪੈਕਟ ਆਰਟਿਸਟ ਦੇ ਹੱਥ 'ਚ ਆਪ ਹੁੰਦੀ ਆ, ਰਿਸਪੈਕਟ ਮੈਨੂੰ ਬਹੁਤ ਮਿਲੀ ਆ। ਕੱਲ੍ਹ ਸੀਗਾ ਕਿ ਮੇਰੀ ਗੱਲ ਉਹਨਾਂ ਨੂੰ ਇਹ ਸੀਗਾ ਕਿ ਇਹ ਕੁੜੀ ਹੋ ਕੇ ਸਾਡੀ ਗੱਲ ਕਿਉਂ ਨਹੀਂ ਮੰਨ ਰਹੀ, ਜਿਹਦੇ ਕਰਕੇ ਇਹ ਮੁੱਦਾ ਹੋਇਆ, ਨਹੀਂ ਤਾਂ ਰਿਸਪੈਕਟ ਮੈਨੂੰ ਹਰ ਜਗ੍ਹਾ 'ਤੇ ਮਿਲੀ ਹੈ। ਇਹ ਆਰਟਿਸਟ 'ਤੇ ਵੀ ਡਿਪੈਂਡ ਕਰਦਾ ਆਪਾਂ ਰਿਸਪੈਕਟ ਕਿਵੇਂ ਕਮਾਉਣੀ। ਜੀ, ਅਤੇ ਹੁਣ ਇਨਸਾਫ਼ ਕੀ ਮੰਗਦੇ ਹੋ? ਇਨਸਾਫ ਮੈਂ ਇੱਕ ਉਸ ਬੰਦੇ ਤੋਂ ਮੰਗਦੀ ਹਾਂ ਕੀ ਹਾਂ, ਮੈਂ ਤਾਂ ਕੇਸ ਹੀ ਕਰਨਾ ਹੈ ਉਹਦੇ 'ਤੇ। ਇਨਸਾਫ ਨਹੀਂ ਮੈਂ ਮੰਗਣਾ, ਮੈਂ ਆਪਣੀ ਕੇਸ ਕਰਨਾ ਆ ਮਾਨਹਾਨੀ ਦਾ ਉਹਦੇ 'ਤੇ। ਕੋਈ ਸਨ ਸਾਡੇ ਨਾਲ, ਸਿਮਰ ਸੰਧੂ ਜਿਹਨਾਂ ਨਾਲ ਗੱਲਬਾਤ ਹੋਈ, ਜਿਹਨਾਂ ਨੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਦੱਸੀ, ਇਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਕੇਸ ਆ ਜਿਹੜਾ ਕਿ ਉਹਨਾਂ 'ਤੇ ਦਰਜ ਕਰਵਾ ਦਿੱਤਾ ਗਿਆ, ਅਤੇ ਜਿਸ ਬੰਦੇ ਵੱਲੋਂ ਗਲਾਸ ਸੁੱਟਿਆ ਗਿਆ ਇਹਨਾਂ ਦਾ ਜਿਹੜੀ ਲੜਾਈ ਆ ਸਿਰਫ ਉਹਦੇ ਨਾਲ, ਅਤੇ ਇਨਸਾਫ਼ ਦੀ ਮੰਗ ਆ ਜਿਹੜੀ ਕਿ ਸਿਮਰ ਸੰਧੂ ਜ਼ਰੂਰ ਕਰ ਰਹੇ।